ਜਿੱਥੇ ਅੱਜ ਪੂਰੀ ਦੁਨੀਆ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿਖੇ ਕ੍ਰਿਸਚਨ ਭਾਈਚਾਰੇ ਵੱਲੋਂ ਗੁੱਡ ਸ਼ੈਫਰਡ ਚਰਚ ਕੋਟਲਾ ਨਿਹੰਗ ਵਿੱਚ ਇਸ ਤਿਉਹਾਰ 'ਤੇ ਰਾਤ ਨੂੰ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਫਾਦਰ ਕੇ ਪੀ ਜਾਰਜ ਤੋਂ ਹੋਰ ਫਾਦਰਾਂ ਵੱਲੋਂ ਇਸ ਸਮਾਗਮ ਦੀ ਅਗਵਾਈ ਕੀਤੀ ਅਤੇ ਬੱਚਿਆਂ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਸੰਬੰਧੀ ਤਿਆਰ ਕੀਤੇ ਸ਼ਬਦ ਗਾਇਨ ਕਰਕੇ ਮਾਹੌਲ ਨੂੰ ਧਾਰਮਿਕ ਰੰਗਾਂ ਵਿੱਚ ਰੰਗ ਦਿੱਤਾ। ਇਸ ਸਮਾਗਮ ਵਿੱਚ ਹੋਲੀ ਫੈਮਿਲੀ ਕਾਨਵੈਂਟ ਦੀਆਂ ਸਮੂਹ ਸਿਸਟਰਾਂ ਸਮੇਤ ਇਲਾਕੇ ਦੇ ਕ੍ਰਿਸਚਨ ਭਾਈਚਾਰੇ ਦੇ ਸ਼ਰਧਾਲੂ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਪ੍ਰਭੂ ਯਿਸੂ ਮਸੀਹ ਦਾ ਗੁਣਗਾਨ ਕੀਤਾ। ਸਮਾਗਮ ਦੀ ਸਮਾਪਤੀ ਰਾਤ 12 ਵਜੇ ਹੋਈ। ਇਸ ਉਪਰੰਤ ਫਾਦਰ ਅਤੇ ਸਿਸਟਰਸ ਵੱਲੋਂ ਇੱਕ ਦੂਜੇ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਅਤੇ ਕੇਕ ਕੱਟ ਕੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਕ੍ਰਿਸਮਸ ਦੇ ਲਈ ਚਰਚ ਨੂੰ ਦੀਪਮਾਲਾ ਕਰਕੇ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਅੱਜ ਦਿਨ ਵਿੱਚ ਵੀ ਗੁੱਡ ਸ਼ੈਫਰਡ ਚਰਚ ਵਿਖੇ ਧਾਰਮਿਕ ਸਮਾਗਮ ਜਾਰੀ ਰਹਿਣਗੇ ਅਤੇ ਸ਼ਰਧਾਲੂਆਂ ਲਈ ਖਾਸ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ। ਖੁਦਾ ਨੇ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਇਸ ਧਰਤੀ 'ਤੇ ਭੇਜਿਆ ਤਾਂ ਜੋ ਹਰ ਕੋਈ ਜੋ ਉਸ 'ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਏ ਬਲਕਿ ਸਦਾ ਦਾ ਜੀਵਨ ਪਾਵੇ। ਕ੍ਰਿਸਮਸ ਇਹੀ ਸੰਦੇਸ਼ ਲੈ ਕੇ ਇੱਕ ਪਿਆਰ, ਸ਼ਾਂਤੀ ਅਤੇ ਆਨੰਦ ਦਾ, ਅਤੇ ਪ੍ਰਭੂ ਯਿਸੂ ਮਸੀਹ ਇਹੀ ਸੰਦੇਸ਼ ਲੈ ਕੇ ਇਸ ਧਰਤੀ ਦੇ ਉੱਤੇ ਆਏ। ਅੱਜ ਜਦੋਂ ਅਸੀਂ ਵੱਡਾ ਦਿਨ ਮਨਾ ਰਹੇ ਹਾਂ ਤਾਂ ਅਸੀਂ ਇਹੀ ਸੰਦੇਸ਼ ਦਾ ਪ੍ਰਗਟਾਵਾ ਕਰਦੇ ਹਾਂ। ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬੱਚੇ ਦਾ ਜਨਮ ਦਿਨ ਹੁੰਦਾ ਹੈ ਤਾਂ ਉਸਦੇ ਮਾਂ ਬਾਪ ਪੁੱਛਦੇ ਨੇ ਕਿ ਤੈਨੂੰ ਕੀ ਗਿਫਟ ਚਾਹੀਦਾ ਹੈ। ਤਾਂ ਉਹ ਬੱਚਾ ਸੋਚਦਾ ਹੈ ਕਿ ਕੀ ਮੰਗਾ। ਉਹ ਬੱਚੇ ਨੂੰ ਇੱਕ ਬਿਮਾਰੀ ਹੁੰਦੀ ਕੈਂਸਰ, ਤਾਂ ਉਸਦੇ ਮਾਂ ਬਾਪ ਸੋਚਦੇ ਇਸ ਸਮੇਂ 'ਤੇ ਚਲੋ ਸਾਡੇ ਨਾਲ ਬੱਚਾ ਹੈਗਾ ਅਗਲੇ ਸਾਲ ਹੋਏਗਾ ਜਾਂ ਨਹੀਂ, ਤਾਂ ਉਹਨੂੰ ਪੁੱਛਦੇ ਕਿ ਤੈਨੂੰ ਕ੍ਰਿਸਮਸ ਦੇ ਉੱਤੇ ਕੀ ਗਿਫਟ ਚਾਹੀਦਾ। ਤਾਂ ਉਹ ਬੱਚਾ ਕਹਿੰਦਾ ਹੈ ਕਿ ਮੈਨੂੰ ਹੋਰ ਕੁਝ ਨਹੀਂ ਬਲਕਿ ਬਸ ਮੈਨੂੰ ਆਪਣੀ ਮਾਂ ਦੀ ਮੁਸਕਰਾਹਟ ਚਾਹੀਦੀ ਹੈ। ਤਾਂ ਜਦੋਂ ਮਾਂ ਇਹ ਸੁਣਦੀ ਹੈ ਤਾਂ ਉਹਦੀਆਂ ਅੱਖਾਂ ਹੰਝੂ ਦੇ ਨਾਲ ਭਰ ਜਾਂਦੀਆਂ, ਇਹੀ ਸੋਚ ਕੇ ਕਿ ਅੱਜ ਮੈਨੂੰ ਇਹ ਗਿਫਟ ਕਹਿ ਰਿਹਾ, ਇਹ ਗਿਫਟ ਚਾਹੀਦਾ ਹੈ, ਅਗਲੇ ਸਾਲ ਪਤਾ ਨਹੀਂ ਇਹ ਇਸ ਦੁਨੀਆ ਦੇ ਵਿੱਚ ਹੋਵੇਗਾ ਜਾਂ ਨਹੀਂ। ਜਿਵੇਂ ਉਸ ਬੱਚੇ ਨੇ ਮਤਲਬ ਆਪਣੇ ਲਈ ਨਹੀਂ ਗਿਫਟ ਬਲਕਿ ਆਪਣੀ ਮਾਂ ਦੇ ਲਈ ਗਿਫਟ ਮੰਗਿਆ, ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਆਏ ਤਾਂ ਜੋ ਹਰ ਕੋਈ ਜੋ ਦੁੱਖਾਂ ਵਿੱਚ ਹਨ, ਜੋ ਮੁਸੀਬਤਾਂ ਵਿੱਚ ਹਨ, ਉਹਨਾਂ ਸਾਰਿਆਂ ਦੀ ਮਦਦ ਕਰ ਸਕਣ ਅਤੇ ਪ੍ਰਭੂ ਯਿਸੂ ਮਸੀਹ ਆਨੰਦ ਅਤੇ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਇਸ ਧਰਤੀ ਦੇ ਉੱਤੇ ਆਏ। ਸਾਰੀ ਦੁਨੀਆ ਮੇਂ ਕ੍ਰਿਸਮਸ ਆਜ ਕੇ 25 ਤਾਰੀਖ ਦਿਸੰਬਰ 25 ਤਾਰੀਖ ਕੋ ਮਨਾਇਆ ਜਾਤਾ ਹੈ ਔਰ ਕੋਟਲਾ ਮੇਂ ਵੀ ਕ੍ਰਿਸਮਸ ਕੱਲ ਰਾਤ ਕੋ ਮਨਾਇਆ ਔਰ ਆਜ ਵੀ ਮਨਾ ਰਹੇ ਹਾਂ। ਆਜ 25 ਤਾਰੀਖ ਦਿਸੰਬਰ 25 ਤਾਰੀਖ ਹੈ ਔਰ ਕੱਲ ਹਮਨੇ ਕਾਫੀ ਕਰੋੜ ਗਾਨਾ ਗਾ ਕੇ ਔਰ ਹਮਾਰੇ ਵਿਸ਼ੇਸ਼ ਮੁਖਿਯ ਪੂਜਨ ਸਮਾਰੋਹ ਹੈ, ਹਮ ਕਹਤੇ ਹੈ ਹੋਲੀ ਮਾਸ। ਹੋਲੀ ਮਾਸ ਹਮਨੇ ਸੈਲੀਬ੍ਰੇਟ ਕੀਆ ਔਰ ਆਪ ਦੇਖ ਰਹੇ ਹੈ ਮੇਰੇ ਦਾਏ ਤਰਫ ਬਹੁਤ ਸੁੰਦਰ ਚਰਨੀ ਬਣਾਇਆ ਗਿਆ ਹੈ। ਉਸਮੇ ਪ੍ਰਭੂ ਯੇਸੂ ਕ੍ਰਿਸਤ ਬਾਲਕ ਯੇਸੂ ਕੇ ਪ੍ਰਤਿਮਾ ਹਮ ਰੱਖਤੇ ਹੈ ਔਰ ਉਸ ਪ੍ਰਤਿਮਾ ਕੇ ਦੁਆਰੇ ਹਮਾਰੇ ਪ੍ਰਭੂ ਯੇਸੂ ਕ੍ਰਿਸਤ ਕਾ ਆਦਰ, ਉਨਕੀ ਔਰ ਭਕਤੀ ਹਮ ਦਿਖਾ ਰਹੇ ਹੈ ਔਰ ਇਸ ਪ੍ਰਕਾਰ ਕੱਲ ਰਾਤ ਕੋ ਹਮਾਰੇ ਮੁਖਿਯ ਸਮਾਰੋਹ ਹੋਲੀ ਮਾਸ ਕੇ ਦੁਆਰਾ ਹਮਨੇ ਸੈਲੀਬ੍ਰੇਟ ਕੀਆ ਔਰ ਇੱਕ ਦੂਸਰੇ ਕੋ ਮੰਗਲ ਕਾਮਨਾਏ ਹਮਨੇ ਦੀਆ ਔਰ ਇਸਕੇ ਬਾਅਦ ਇੱਕ ਛੋਟਾ ਨਾਸ਼ਤਾ ਯੂੰ ਕਹੇ ਕਾਫੀ ਕੇਕ, ਕ੍ਰਿਸਮਸ ਕੇਕ ਬਾਟਾ ਗਿਆ।